ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਬੀੜ ਬਾਬਾ ਬੁੱਢਾ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਜੋ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਜਿਹੜੇ ਪਾਠ ਰਖਵਾਏ ਗਏ ਹਨ ਬੀਤੇ ਕੱਲ੍ਹ ਤੋਂ ਸ਼ੁੱਕਰਵਾਰ ਤੋਂ, ਜਿਸ ਦੇ ਐਤਵਾਰ ਭੋਗ ਪਾਏ ਜਾਣਗੇ, ਔਰ ਇਸ ਦੌਰਾਨ ਤੁਸੀਂ ਵੇਖ ਸਕਦੇ ਜੇ ਸ਼੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਕੰਪਲੈਕਸ ਵਿੱਚ ਦੇਸ਼ ਭਰ ਤੋਂ ਸੰਗਤ ਜਿਹੜੀ ਆ ਇੱਥੇ ਪੁੱਜਣੀ ਸ਼ੁਰੂ ਹੋ ਚੁੱਕੀ ਹੈ, ਔਰ ਬੜੀ ਸੁੰਦਰ ਤਰੀਕੇ ਨਾਲ ਇੱਥੇ SGPC ਅਤੇ ਹੋਰ ਜਿਹੜੀਆਂ ਸੁਸਾਇਟੀਆਂ ਵਾਂ ਦੇ ਸਹਿਯੋਗ ਦੇ ਨਾਲ ਸਜਾਵਟ ਕੀਤੀ ਗਈ ਹੈ। ਸੁੰਦਰ ਫੁੱਲਾਂ ਨਾਲ ਸ਼੍ਰੀ ਦਰਬਾਰ ਸਾਹਿਬ ਨੂੰ, ਮਹਾਰਾਜ ਜੀ ਦੇ ਦਰਬਾਰ ਨੂੰ ਸਜਾਇਆ ਗਿਆ ਹੈ। ਇਸ ਦੌਰਾਨ ਫਰੀ ਗੱਠੜੀ ਸੇਵਾ ਘਰ, ਐਂਬੂਲੈਂਸ ਔਰ ਕਹਿ ਲਓ ਕਿ ਮੈਡੀਕਲ ਸੇਵਾਵਾਂ ਨੂੰ ਲੈ ਕੇ ਪੁਲਿਸ ਵੱਲੋਂ ਵੱਖਰੇ ਤੌਰ 'ਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਵੱਖ ਵੱਖ ਤਰ੍ਹਾਂ ਦੇ ਸਵਾਗਤੀ ਗੇਟ ਬਣਾਏ ਗਏ ਹਨ, ਔਰ ਸੂਬੇ ਭਰ ਤੋਂ ਕਿ ਦੇਸ਼ ਭਰ ਤੋਂ ਜਿਹੜੀਆਂ ਸੁਸਾਇਟੀਆਂ ਜਥੇਬੰਦੀਆਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਲੰਗਰ ਦਾ ਆਯੋਜਨ ਕੀਤਾ ਗਿਆ, ਔਰ ਸੰਗਤ ਬੜੀ ਸ਼ਰਧਾ ਭਾਵਨਾ ਨਾਲ ਇੱਥੇ ਨਤਮਸਤਕ ਹੋ ਰਹੀ ਹੈ, ਔਰ ਪਰਿਵਾਰ ਸਮੇਤ ਇੱਥੇ ਉਹਨਾਂ ਦੇ ਰਹਿਣ ਵਾਸਤੇ SGPC ਵੱਲੋਂ ਔਰ ਉਹਨਾਂ ਵੱਲੋਂ ਬੜੇ ਵਧੀਆ ਤਰੀਕੇ ਨਾਲ ਟੈਂਟ ਲਗਾਏ ਗਏ ਹਨ, ਜਿੱਥੇ ਵਿੱਚ ਉਹ ਪਰਿਵਾਰ ਸਮੇਤ ਰਹਿ ਰਹੇ ਹਨ। ਔਰ ਇਸ ਦੌਰਾਨ ਅੱਜ ਸ਼ਨੀਵਾਰ ਸਵੇਰੇ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਹੈ। ਸੁੰਦਰ ਨਗਰ ਕੀਰਤਨ ਨੂੰ ਜਿਸਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ, ਔਰ ਵੱਖ ਵੱਖ ਨਜ਼ਦੀਕੀ ਪਿੰਡਾਂ ਵਿੱਚੋਂ ਹੁੰਦਾ ਹੋਇਆ ਸ਼੍ਰੀ ਦਰਬਾਰ ਸਾਹਿਬ ਬਾਬੂੜਾ ਸਾਹਿਬ ਵਿਖੇ ਸਮਾਪਤ ਹੋਇਆ ਹੈ। ਔਰ ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਹਨ, ਔਰ ਸਿਵਲ ਵਰਦੀ ਵਿੱਚ ਵੀ ਇੱਥੇ ਮੁਲਾਜ਼ਮ ਤੈਨਾਤ ਕੀਤੇ ਗਏ ਹਨ, ਤਾਂ ਕਿ ਕਿਸੇ ਵੀ ਕਿਸੇ ਨੂੰ ਜੇ ਕੋਈ ਕਿਸੇ ਦਾ ਕੋਈ ਬੱਚਾ ਗੁੰਮ ਜਾਂਦਾ ਹੈ ਜਾਂ ਕਿਸੇ ਦੇ ਕੋਈ ਸਮਾਨ ਗੁੰਮ ਜਾਂਦਾ, ਉਸ ਵਾਸਤੇ ਸਾਂਝ ਕੇਂਦਰ ਦਾ ਵੀ ਆਯੋਜਨ ਕੀਤਾ ਗਿਆ, ਉਹਦੇ ਉਹਨਾਂ ਦਾ ਸਟਾਲ ਲਗਾਇਆ ਗਿਆ ਹੈ। ਰਮਨ ਚਾਵਲਾ, ਜਗਬਾਣੀ TV, ਬੀੜ ਬਾਬਾ ਬੁੱਢਾ ਸਾਹਿਬ, ਤਰਨ ਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਬੀੜ ਬਾਬਾ ਬੁੱਢਾ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਜੋ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਜਿਹੜੇ ਪਾਠ ਰਖਵਾਏ ਗਏ ਹਨ ਬੀਤੇ ਕੱਲ੍ਹ ਤੋਂ ਸ਼ੁੱਕਰਵਾਰ ਤੋਂ, ਜਿਸ ਦੇ ਐਤਵਾਰ ਭੋਗ ਪਾਏ ਜਾਣਗੇ, ਔਰ ਇਸ ਦੌਰਾਨ ਤੁਸੀਂ ਵੇਖ ਸਕਦੇ ਜੇ ਸ਼੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਕੰਪਲੈਕਸ ਵਿੱਚ ਦੇਸ਼ ਭਰ ਤੋਂ ਸੰਗਤ ਜਿਹੜੀ ਆ ਇੱਥੇ ਪੁੱਜਣੀ ਸ਼ੁਰੂ ਹੋ ਚੁੱਕੀ ਹੈ, ਔਰ ਬੜੀ ਸੁੰਦਰ ਤਰੀਕੇ ਨਾਲ ਇੱਥੇ SGPC ਅਤੇ ਹੋਰ ਜਿਹੜੀਆਂ ਸੁਸਾਇਟੀਆਂ ਵਾਂ ਦੇ ਸਹਿਯੋਗ ਦੇ ਨਾਲ ਸਜਾਵਟ ਕੀਤੀ ਗਈ ਹੈ। ਸੁੰਦਰ ਫੁੱਲਾਂ ਨਾਲ ਸ਼੍ਰੀ ਦਰਬਾਰ ਸਾਹਿਬ ਨੂੰ, ਮਹਾਰਾਜ ਜੀ ਦੇ ਦਰਬਾਰ ਨੂੰ ਸਜਾਇਆ ਗਿਆ ਹੈ। ਇਸ ਦੌਰਾਨ ਫਰੀ ਗੱਠੜੀ ਸੇਵਾ ਘਰ, ਐਂਬੂਲੈਂਸ ਔਰ ਕਹਿ ਲਓ ਕਿ ਮੈਡੀਕਲ ਸੇਵਾਵਾਂ ਨੂੰ ਲੈ ਕੇ ਪੁਲਿਸ ਵੱਲੋਂ ਵੱਖਰੇ ਤੌਰ 'ਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਵੱਖ ਵੱਖ ਤਰ੍ਹਾਂ ਦੇ ਸਵਾਗਤੀ ਗੇਟ ਬਣਾਏ ਗਏ ਹਨ, ਔਰ ਸੂਬੇ ਭਰ ਤੋਂ ਕਿ ਦੇਸ਼ ਭਰ ਤੋਂ ਜਿਹੜੀਆਂ ਸੁਸਾਇਟੀਆਂ ਜਥੇਬੰਦੀਆਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਲੰਗਰ ਦਾ ਆਯੋਜਨ ਕੀਤਾ ਗਿਆ, ਔਰ ਸੰਗਤ ਬੜੀ ਸ਼ਰਧਾ ਭਾਵਨਾ ਨਾਲ ਇੱਥੇ ਨਤਮਸਤਕ ਹੋ ਰਹੀ ਹੈ, ਔਰ ਪਰਿਵਾਰ ਸਮੇਤ ਇੱਥੇ ਉਹਨਾਂ ਦੇ ਰਹਿਣ ਵਾਸਤੇ SGPC ਵੱਲੋਂ ਔਰ ਉਹਨਾਂ ਵੱਲੋਂ ਬੜੇ ਵਧੀਆ ਤਰੀਕੇ ਨਾਲ ਟੈਂਟ ਲਗਾਏ ਗਏ ਹਨ, ਜਿੱਥੇ ਵਿੱਚ ਉਹ ਪਰਿਵਾਰ ਸਮੇਤ ਰਹਿ ਰਹੇ ਹਨ। ਔਰ ਇਸ ਦੌਰਾਨ ਅੱਜ ਸ਼ਨੀਵਾਰ ਸਵੇਰੇ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਹੈ। ਸੁੰਦਰ ਨਗਰ ਕੀਰਤਨ ਨੂੰ ਜਿਸਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ, ਔਰ ਵੱਖ ਵੱਖ ਨਜ਼ਦੀਕੀ ਪਿੰਡਾਂ ਵਿੱਚੋਂ ਹੁੰਦਾ ਹੋਇਆ ਸ਼੍ਰੀ ਦਰਬਾਰ ਸਾਹਿਬ ਬਾਬੂੜਾ ਸਾਹਿਬ ਵਿਖੇ ਸਮਾਪਤ ਹੋਇਆ ਹੈ। ਔਰ ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਹਨ, ਔਰ ਸਿਵਲ ਵਰਦੀ ਵਿੱਚ ਵੀ ਇੱਥੇ ਮੁਲਾਜ਼ਮ ਤੈਨਾਤ ਕੀਤੇ ਗਏ ਹਨ, ਤਾਂ ਕਿ ਕਿਸੇ ਵੀ ਕਿਸੇ ਨੂੰ ਜੇ ਕੋਈ ਕਿਸੇ ਦਾ ਕੋਈ ਬੱਚਾ ਗੁੰਮ ਜਾਂਦਾ ਹੈ ਜਾਂ ਕਿਸੇ ਦੇ ਕੋਈ ਸਮਾਨ ਗੁੰਮ ਜਾਂਦਾ, ਉਸ ਵਾਸਤੇ ਸਾਂਝ ਕੇਂਦਰ ਦਾ ਵੀ ਆਯੋਜਨ ਕੀਤਾ ਗਿਆ, ਉਹਦੇ ਉਹਨਾਂ ਦਾ ਸਟਾਲ ਲਗਾਇਆ ਗਿਆ ਹੈ। ਰਮਨ ਚਾਵਲਾ, ਜਗਬਾਣੀ TV, ਬੀੜ ਬਾਬਾ ਬੁੱਢਾ ਸਾਹਿਬ, ਤਰਨ ਤਾਰਨ।